ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੂੰ ਕੀ ਕਿਹਾ ਜਾ ਰਿਹਾ ਕਿ ਜੋ ਆਮ ਪਕਸਤਾਨੀ ਅੰਦੋਲਨ ਹੋਇਆ ਸੀ ਉਸ ਦੇ ਤਹਿਤ ਬਦਲਾਖੋਰੀ ਦੀ ਭਾਵਨਾ ਦੇ ਨਾਲ ਆਪਣਾ ਕਾਂਗਰਸ ਸਰਕਾਰ ਉੱਤੇ ਜਿਹੜਾ ਵਾ ਨਾਮ ਟਾਰਗੇਟ ਕਰਕੇ ਕੇਂਦਰ ਵੱਲੋਂ ਜਿਹੜਾ ਕਤਲ ਮਾਰੀ ਪਤਾਈਏ ਸੀ ਜਾਣਕਾਰੀ ਸਾਰੀ ਪੈਂਦੀ ਹੈ ਤੇ ਤਾਂ ਬਰ ਤੁਸੀਂ ਨਹੀਂ ਜਾਣਾ ਚਾਹੋ। ਦੇਖੋ ਤੁਸੀਂ ਵੀਰ ਗੱਲਾਂ ਦੋ ਨੇ ਇੱਕ ਤਾਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਜਦੋਂ ਕਾਂਗਰਸ ਪਾਰਟੀ ਨੇ ਕੈਪਟਨ ਮਰਿੰਦਰ ਸਿੰਘ ਨੂੰ ਗੱਦੀ ਤੋਂ ਲਾ ਕੇ ਮੁੱਖ ਮੰਤਰੀ ਬਣਾਇਆ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਕਾਂਗਰਸ ਪਾਰਟੀ ਨੂੰ ਖੁਲਾਰਾ ਮਿਲਿਆ। ਜਿੱਥੇ ਬਰਨਿਤ ਕੋਰ ਅਤੇ ਉਹਨਾਂ ਦੇ ਬੇਟੇ ਉਹਾਂ ਦੀ ਵੀ ਇੱਕ ਤਰ੍ਹਾਂ ਦੀ ਜਿਹੜੀ ਇਨਕੁਆਰੀ ਆ ਉਹ ਸ਼ੁਰੂ ਕੀਤੀ ਸੀਗੀ। ਉਹ ਲੰਬਾ ਸਮਾਂ ਇਨਕੁਆਰੀਆਂ ਚੱਲਦੀਆਂ ਰਹੀਆਂ ਹੋਈ-ਹੋਈ ਧੀਮੀ ਗਤੀ ਕਰ ਦਿੱਤੀ। ਹੁਣ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਆ ਕਿ ਇਹਨਾਂ ਦੇ ਖਿਲਾਫ ਜਿਹੜਾ 2018 ਦੇ ਵਿੱਚ ਇੱਕ ਮਾਈਨਿੰਗ ਨੂੰ ਲੈ ਕੇ ਪਰਚਾ ਦਰਜ ਹੋਇਆ ਸੀਗਾ ਉਸ ਮਾਈਨਿੰਗ ਦੇ ਮਾਮਲੇ ਵਿੱਚ ਜਿਹੜੇ ਚਰਨਜੀਤ ਚੰਨੀ ਦੇ ਭਾਣਜੇ ਨੇ ਉਹਨਾਂ ਨੂੰ ਜੋੜਿਆ ਗਿਆ ਉਹਦੇ ਵਿੱਚ ਅੱਗੇ ਜਿਹੜੀ ED ਨੇ ਕੁਝ ਦਿਨ ਪਹਿਲਾਂ ਉਹਨਾਂ ਤੋਂ ਧਾਰਾਂ ਦੇ ਵਿੱਚ ਰੇਡ ਮਾਰੀ ਰੇਡ ਮਾਰ ਕੇ ਕੁਝ ਰਿਕਵਰੀ ਆ ਜਿਹੜੀ ਸਸ ਕਰੋੜ ਰੁਪਏ ਦੇ ਕਰੀਬ ਜਿਹੜੀ ਰਿਕਵਰੀ ਕੀਤੀ ਇੱਕ ਘੜੀ ਆ ਜੀ ਆ ਕਿ 12 ਲੱਖ ਰੁਪਏ ਦੱਸੀ ਜਾਂਦੀ ਆ ਤੇ ਕੁਝ ਹੋਰ ਦੱਸਤਾ ਵੇ ਜਿਹੜੇ ਉਹ ਬਰਾਮਦੇ ਕਿਤੇ ਸੀ ਜਿਹੜੀਆਂ ਇੱਕ ਫੈਕਟਰੀ ਸ਼ਰਾਬ ਦੀ ਲਾਉਣਾ ਇੱਕ ਖੋਕਾ ਰੱਖਣਾ ਹੋਵੇ ਜਾਂ ਕੋਈ ਛੋਟਾ ਜਿਹਾ ਕਾਰੋਬਾਰ ਕਾਰੋਬਾਰ ਸ਼ੁਰੂ ਕਰਨਾ ਹੋਵੇ ਉਹਨੂੰ ਵੀ ਸਾਲਾਂ ਬੱਧੀ ਜਿਹੜਾ ਜਾਂ ਕਈ ਕਈ ਮਹੀਨੇ ਲੱਗ ਜਾਂਦਾ ਕਾਰੋਬਾਰ ਸ਼ੁਰੂ ਕਰਨ ਪਰ ਜਿਹੜੀ ਉਹ ਸ਼ਰਾਬਾਂ ਦੀਆਂ ਫੈਕਟਰੀਆਂ ਲੱਗੀਆਂ ਗਈਆਂ ਪੜੀਆਂ ਗਈਆਂ ਉਹ ਕੀ ਦੀ ਸ਼ਾਇਦ ਇਹ ਚੱਲ ਰਹੀਆਂ ਹਨ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿੰਨਾ ਕਿਤੇ ਜਿਸ ਇਹ ਕਰ ਇਸ ਗੱਲ ਦੀ ਜਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਹ ਮਾਮਲਾ ਬਹੁਤ ਹੂਰ ਤੱਕ ਜਾਵੇਗਾ ਜੋ ਦੋ ਦਿਨ ਸਦੂ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹ ਕਹਿ ਰਹੇ ਕਿ ਕੇਂਦਰ ਨੇ ਮਸ਼ੀਨਰੀ ਤਿਆਰ ਕੀਤੀ ਪੰਜਾਬ ਦਾ ਮੁੱਖ ਮੰਤਰੀ ਜੋ ਹੈ ਕਮਜ਼ੋਰ ਮੁੱਖ ਮੰਤਰੀ ਹੋਵੇ ਤਾਂ ਕਿ ਉਹਦੀ ਵਰਤੋਂ ਕੀਤੀ ਜਾ ਸਕੇ ਤਾਂ ਇਸ ਬਿਆਨ ਦੇ ਸੰਦਰਭ ਵਿੱਚ ਸਵੀਰ ਕੱਲ ਮੱਖ ਮੰਤਰੀ ਨੇ ਜਿਹੜੀ ਪਾਰਟੀ ਦਾ ਕੋਈ ਵੀ ਮੁਖੀ ਹੁੰਦਾ ਜਾਂ ਸਰਕਾਰ ਦਾ ਹੈੱਡ ਹੁੰਦਾ ਹੈ ਪਾਰਟੀ ਦਾ ਹੈੱਡ ਹੁੰਦਾ ਹੈ ਉਹ ਹਮੇਸ਼ਾ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸੌਂਪਦਾ ਹੈ ਜਾਂ ਸਰਕਾਰਾਂ ਦੀ ਚਾਬੀ ਸੌਂਪਦਾ ਹੈ ਜਾਂ ਪਾਰਟੀ ਦੀ ਪ੍ਰਧਾਨਗੀ ਦਿੰਦਾ ਹੈ ਜਿਹੜੇ ਘੱਟੋ-ਘੱਟ ਪਾਰਟੀ ਦੀਆਂ ਨੀਤੀਆਂ ਦੇ ਮੁਤਾਬਕ ਚੱਲੇ ਜਾਂ ਉਹਨਾਂ ਦੇ ਕਹੇ ਦੇ ਮੁਤਾਬਕ ਥੋੜਾ-ਥੋੜਾ ਚੱਲਦਾ ਰਹੇ ਆਪਾਂ ਕਹ ਕਹਿੰਦੇ ਉਹਨੂੰ ਵੀ ਇਕੱਠੇ ਹੋ ਗਏ ਜੋਇੰਟਲੀ ਤਾਰ ਤੁਸੀਂ ਫੈਸਲੇ ਨਹੀਂ ਲੈ ਸਕਦੇ ਇੱਕ ਬੰਦੇ ਦੇ ਕਹਿਣ ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਨਾ ਹੀ ਕੋਈ ਪਾਰਟੀ ਪਰਵਾਹ ਕਰਦੀ ਹੈ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਗਜਿੰਗ ਸ਼ਿਬਰ ਜੀ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜਸਵੀਰ ਜੀ ਸਰ ਜੇਕਰ ਅਸੀਂ ਅੱਜ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਅੱਜ ਜੋ ਸਭ ਤੋਂ ਅਹਿਮ ਖਬਰ ਬਣੀ ਹੋਈ ਹੈ ਉਹ ਬਣੀ ਹੋਈ ਹੈ ਜੀ ਸੀਐਮ ਚੰਨੀ ਦੇ ਭਾਂਜੇ ਦੀ ਗ੍ਰਿਫਤਾਰੀ ਅਜੀਵਿਖਿਆ ਕੇ ਆਮ ਬੀਤੇ ਮਹੀਨੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਪੰਜਾਬ ਅੰਦਰ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੇ ਜਿੱਥੇ ਕੇ ਕਾਫੀ ਧਨ ਜਿਹੜਾ ਸੀ ਉਹ ਪ੍ਰਾਪਤ ਵੀ ਕੀਤਾ ਸੀ ਅੱਜ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਸੀਐਮ ਚੰਨੀ ਦੇ ਪਾਂਜੇ ਦੀ ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਜੋ ਸਿਆਸਤ ਉਹ ਕਾਫੀ ਪੱਕ ਚੁੱਕੀ ਹੈ ਇਥੇ ਵਿਰੋਧੀ ਧਿਰਾਂ ਆਮ ਨਿਸ਼ਾਨਾ ਸਾਧਰੀਆਂ ਨੇ ਸੀਐਮ ਚੰਨੀ ਉੱਤੇ ਕਿ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਥਰੂ ਭ੍ਰਿਸ਼ਟਾਚਾਰ ਕੀਤਾ ਵਾ ਇੱਕ ਭ੍ਰਸ਼ਟ ਮੰਤਰੀ ਨੇ ਉਸ ਦੇ ਇਲਾਵਾ ਜੇਕਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਆਮ ਕਿਸਾਨੀ ਅੰਦੋਲਨ ਹੋਇਆ ਸੀ ਉਸ ਦੇ ਤਹਿਤ ਬਦਲਾਖੋਰੀ ਦੀ ਭਾਵਨਾ ਦੇ ਨਾਲ ਆਪਣਾ ਕਾਂਗਰਸ ਸਰਕਾਰ ਉੱਤੇ ਜਿਹੜਾ ਵਾ ਨਾਮ ਟਾਰਗੇਟ ਕਰਕੇ ਕੇਂਦਰ ਵੱਲੋਂ ਜਿਹੜਾ ਸ਼ਾਪਿੰਗਮਾਰੀ ਕਰਵਾਈ ਗਈ ਸੀ ਜਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਸਵੀਰ ਗੱਲਾਂ ਦੋ ਨੇ ਇੱਕ ਤਾਂ ਮੁੱਖ ਮੰਤਰੀ ਚਾਰਾਂਜੀਤ ਸਿੰਘ ਚੰਨੀ ਨੂੰ ਜਦੋਂ ਕਾਂਗਰਸ ਪਾਰਟੀ ਨੇ ਕੈਪਟਨ ਮਰਿੰਦਰ ਸਿੰਘ ਨੂੰ ਗੱਦੀ ਤੋਂ ਲਾ ਕੇ ਮੁੱਖ ਮੰਤਰੀ ਬਣਾਇਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਕਾਂਗਰਸ ਪਾਰਟੀ ਨੂੰ ਹੁਲਾਰਾ ਮਿਲਿਆ ਹਾਂਜੀ ਖਾਸ ਕਰਕੇ ਜਿਹੜਾ ਐਸਸੀ ਭਾਈਚਾਰਾ ਸੀਗਾ ਉਸ ਵਰਗ ਨੂੰ ਇਹ ਲੱਗਣ ਲੱਗ ਗਿਆ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੀ ਜਮਾਤ ਵਿੱਚੋਂ ਉਹਨਾਂ ਦੇ ਭਾਈਚਾਰੇ ਵਿੱਚੋਂ ਇੱਕ ਨਮਾਇंदे ਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਹੈ ਜੇ ਆਪਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਵੀ ਪਾਰਟੀ ਨੇ ਜਾਂ ਇਹ ਕਹਿ ਲਓ ਕਿ ਪਹਿਲੀ ਵਾਰੀ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਬਣਿਆ ਦਲਤ ਉਹ ਚਰਨਜੀਤ ਸਿੰਘ ਚੰਨੀ ਬਣਿਆ ਇਸ ਕਰਕੇ ਉਹ ਪਾਰਟੀ ਦਾ ਜਿਹੜਾ ਗਰਾਫ ਆ ਹੌਲੀ-ਹੌਲੀ ਉਹ ਵਧਿਆ ਕਾਂਗਰਸ ਪਾਰਟੀ ਨੂੰ ਕੁਝ ਹੱਦ ਤੱਕ ਫਾਇਦਾ ਹੋਇਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਏ ਕਾਰਨ 3.4 ਸਾਲ ਦੇ ਰਾਜ ਕਰਨ ਆ ਲੋਕਾਂ ਦੇ ਵਿੱਚ ਨਿਰਾਸ਼ਤਾ ਸੀ ਕਿ ਐਂਟੀ ਇਨਕੰਵੈਂਸੀ ਸੀਗੀ ਜਾਂ ਸੱਤਾ ਵਿਰੋਧੀ ਲਹਿਰ ਕਹ ਲਓ ਤੁਸੀਂ ਲੋਕਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੇ ਖਿਲਾਫ ਇੱਕ ਵੇਵ ਚੱਲ ਰਹੀ ਥੀ ਉਹਨੂੰ ਚਰਨ ਸਿੰਘ ਚੰਨੀ ਨੇ ਕੁਝ ਹੱਦ ਤੱਕ ਰੋਕਿਆ ਡੱਕਿਆ ਉਹਦਾ ਗ੍ਰਾਫ ਅੱਗੇ ਤੱਕ ਵਧਦਾ ਗਿਆ ਇਸ ਕਰਕੇ ਹਮੇਸ਼ਾ ਇਹ ਗੱਲਾਂ ਹੁੰਦੀਆਂ ਕਿ ਜਦੋਂ ਕੋਈ ਰਾਜਨੀਤਿਕ ਤੌਰ ਤੇ ਤਿਰਬ ਉੱਚੀ ਹੁੰਦੀ ਆ ਜਾਂ ਵੱਡੀ ਹੁੰਦੀ ਆ ਤਾਂ ਜਿਹੜੀ ਵਿਰੋਧੀ ਪਾਰਟੀਆਂ ਖਾਸ ਕਰਕੇ ਜਿਹੜੀ ਸੱਤਾ ਦੇ ਵਿੱਚ ਸਰਕਾਰ ਆ ਕੇਂਦਰ ਚ ਉਹ ਆਪਣੇ ਜਿਹੇ ਸੂਬੇ ਦੀਆਂ ਸਰਕਾਰਾਂ ਉਹਨਾਂ ਆਗੂਆਂ ਨੂੰ ਆਪਣੀ ਇੱਛਾ ਦੇ ਮੁਤਾਬਕ ਉਹਨਾਂ ਦੀਆਂ ਬਾਹਾਂ ਮੋੜਦੀ ਰਹੀ ਆ ਜੇ ਆਪਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਬੇਸ਼ੱਕ ਅੱਜ ਉਹਨਾਂ ਦਾ ਜਿਹੜਾ ਭਾਜਪਾ ਦੇ ਨਾਲ ਉਹਨਾਂ ਨੇ ਆਪਣਾ ਸਿਆਸੀ ਗੱਠ ਜੋੜ ਕੀਤਾ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਉਹਨਾਂ ਤੋਂ ਪਹਿਲਾਂ ਜਦੋਂ ਗੱਠਜੋੜ ਨਹੀਂ ਤਾਂ ਹੋਇਆ ਉਦੋਂ ਤੱਕ ਜਿਹੜਾ ED ਨੇ ਜਾਂ ਇਨਕਮ ਟੈਕਸ ਦੀ ਜਿਹੜੀਆਂ ਏਜੰਸੀਆਂ ਨੇ ਕਾਲੇ ਧਨ ਨੂੰ ਲੈ ਕੇ ਤੁਹਾਡੇ ਯਾਦ ਹੋਵੇਗਾ ਕਿ ਕੈਪਟਨ ਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪਰਨੀਤ ਕੌਰ ਅਤੇ ਉਹਨਾਂ ਦੇ ਬੇਟੇ ਉਹਨਾਂ ਦੀ ਵੀ ਇੱਕ ਤਰ੍ਹਾਂ ਦੀ ਜਿਹੜੀ ਇਨਕੁਆਰੀ ਆ ਉਹ ਸ਼ੁਰੂ ਕੀਤੀ ਸੀਗੀ ਉਹ ਲੰਬਾ ਸਮਾਂ ਇਨਕੁਆਰੀਆਂ ਚੱਲਦੀਆਂ ਰਹੀਆਂ ਹੌਲੀ-ਹੌਲੀ ਉਹਦੀ ਧੀਮੀ ਗਤੀ ਕਰ ਦਿੱਤੀ ਹੁਣ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਆ ਕਿ ਇਹਨਾਂ ਦੇ ਖਿਲਾਫ ਜਿਹੜਾ 2018 ਦੇ ਵਿੱਚ ਇੱਕ ਮਾਈਨਿੰਗ ਨੂੰ ਲੈ ਕੇ ਪਰਚਾ ਦਰਜ ਹੋਇਆ ਸੀਗਾ ਉਸ ਮਾਈਨਿੰਗ ਦੇ ਮਾਮਲੇ ਵਿੱਚ ਜਿਹੜੇ ਚਰਨਜੀਤ ਚੰਨੀ ਦੇ ਭਾਣਜੇ ਨੇ ਉਹਨਾਂ ਨੂੰ ਜੋੜਿਆ ਗਿਆ ਉਹਦੇ ਵਿੱਚ ਅੱਗੇ ਜਿਹੜੀ ਈਡੀ ਨੇ ਕੁਝ ਦਿਨ ਪਹਿਲਾਂ ਉਹਨਾਂ ਤੋਂ ਘਰਾਂ ਦੇ ਵਿੱਚ ਰੇਡ ਮਾਰੀ ਰੇਡ ਮਾਰ ਕੇ ਕੁਝ ਰਿਕਵਰੀ ਆ ਜਿਹੜੀ 10 ਕਰੋੜ ਰੁਪਏ ਦੇ ਕਰੀਬ ਜਿਹੜੀ ਰਿਕਵਰੀ ਕੀਤੀ ਇੱਕ ਘੜੀ ਆ ਜਿਹਦੀ ਕੀਮਤ 12 ਲੱਖ ਰੁਪਏ ਦੱਸੀ ਜਾਂਦੀ ਆ ਤੇ ਕੁਝ ਹੋਰ ਦਸਤਾਵੇਜ਼ ਜਿਹੜੇ ਉਹ ਬਰਾਮਦ ਕੀਤੇ ਸੀਗੇ ਹੁਣ ਕੱਲ ਜਦੋਂ ਜਲੰਧਰ ਦੇ ਵਿੱਚ ਉਹ ਜਿਹੜਾ ਉਹਨਾਂ ਦੇ ਭਾਣ ਜੇ ਨੇ ਭਪਿੰਦਰ ਸਿੰਘ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਕੁਝ ਘੰਟੇ ਲਗਾਤਾਰ ਪੁੱਛਗਿੱਛ ਹੁੰਦੀ ਰਹੀ ਤਾਂ ਅੱਧੀ ਰਾਤ ਦੇ ਕਰੀਬ ਜਿਹੜੀ ਅੱਧੀ ਰਾਤ ਨੂੰ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਆ ਉਹਦੇ ਨਾਲ ਹੀ ਅੱਜ ਫਿਰ ਮੀਡੀਆ ਦੇ ਵਿੱਚ ਫਿਰ ਇੱਕ ਵਾਰੀ ਚਰਚਾ ਹੋਗੀ ਕੁਦਰਤੀ ਗੱਲ ਆ ਜਦੋਂ ਟੌਪ ਦੇ ਜਿਹੜੇ ਸਟੇਟ ਦੇ ਮੁਖੀ ਹੋਣ ਸਟੇਟ ਦੇ ਹੈੱਡ ਹੋਣ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਛਾਪੇਮਾਰੀ ਕੀਤੀ ਹੋਵੇ ਜਾਂ ਗ੍ਰਿਫਤਾਰ ਕੀਤਾ ਹੋਵੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਉਹ ਮੁਖੀ ਹੁੰਦਾ ਉਹਦੇ ਵਕਾਰ ਨੂੰ ਢਾਹ ਲੱਗਦੀ ਆ ਜਾਂ ਉਹ ਵੀ ਸੁਰਖੀਆਂ ਦੇ ਵਿੱਚ ਆਉਂਦਾ ਇਸੇ ਕਰਕੇ ਚਰਚੀ ਇੱਕ ਚੰਨੀ ਇੱਕ ਆਪਣੇ ਰਿਸ਼ਤੇਦਾਰ ਨੂੰ ਹੋਣ ਕੇ ਅੱਜ ਸੁਰਖੀਆਂ ਦੇ ਵਿੱਚ ਆਏ ਹੋਏ ਨੇ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਿਆਸੀ ਧਿਰ ਦਾ ਆਗੂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸਿਆ ਹੋਇਆ ਜਾਂ ਮਾਫੀਆ ਰਾਜ ਨਾਲ ਜੁੜਿਆ ਹੋਇਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਪੰਜਾਬ ਦਾ ਹਰ ਵਸਨੀਕ ਦੇਸ਼ ਦਾ ਹਰ ਜਿਹੜਾ ਅਮਨ ਪਸੰਦ ਵਿਅਕਤੀ ਇਹ ਗੱਲ ਚਾਹ ਰਿਹਾ ਹੈ ਕਿ ਜਿਹੜੇ ਸਿਆਸਤ ਵਿੱਚ ਲੋਕ ਆਉਂਦੇ ਨੇ ਉਹ ਕਾਰੋਬਾਰ ਕਰਨ ਦੀ ਇੱਛਾ ਰਹੀ ਆਉਂਦੇ ਨੇ ਗਰੀਬ ਲੋਕ ਦੀ ਇੱਕ ਸੁਧਾਰਨ ਵਿਅਕਤੀ ਦੀ ਜਿਹੜਾ ਸੱਚਮੁੱਚ ਸੇਵਾ ਕਰਨਾ ਚਾਹੁੰਦਾ ਉਸ ਬੰਦੇ ਦਾ ਅੱਜ ਦੀ ਡੇਟ ਦੇ ਵਿੱਚ ਸਿਆਸਤ ਵਿੱਚ ਕੋਈ ਥਾਂ ਨਹੀਂ ਰਿਹਾ ਕਿਉਂਕਿ ਜਿਹੜੀ ਚੋਣ ਆ ਉਹ ਬਹੁਤ ਮਹਿੰਗੀ ਹੋ ਚੁੱਕੀ ਆ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮਾਈਨਿੰਗ ਕੀਤੀ ਜਾਂ ਨਹੀਂ ਕੀਤੀ ਇਹ ਇੱਕ ਜਾਂ ਮਾਈਨਿੰਗ ਕਰਨ ਵਾਲਿਆਂ ਨਾਲ ਉਹਨਾਂ ਦਾ ਸਬੰਧ ਹੈ ਜਾਂ ਨਹੀਂ ਹੈ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ बार-बार ਇਹ ਗੱਲ ਕਹਿੰਦੇ ਰਹੇ ਕਿ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਮਾਈਨਿੰਗ ਦੇ ਕੰਮ ਵਿੱਚ ਜੁੜੇ ਹੋਏ ਨੇ ਤਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਲੋਕਾਂ ਦੇ ਨਾਮ ਕਿਉਂ ਨਹੀਂ ਲੈ ਰਿਹਾ ਠੀਕ ਆ ਜੇ ਚਾਰਾਂਜੀਤ ਸਿੰਘ ਚੰਨੀ ਹੋਰਾਂ ਨੇ ਮੈਨਿੰਗ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਆ ਜਾਂ ਕਿਸੇ ਹੋਰ ਮਾਫੀਆ ਨੂੰ ਉਹਨਾਂ ਨੇ ਸਰਪ੍ਰਸਤੀ ਦਿੱਤੀ ਆ ਉਹਨਾਂ ਦਾ ਅਸ਼ੀਰਵਾਦ ਰਿਹਾ ਤਾਂ ਜੋ ਏਡੀ ਆ ਜਾਂ ਕੋਈ ਹੋਰ ਏਜੰਸੀ ਆ ਉਹ ਕਾਰਵਾਈ ਕਰਦੀ ਆ ਜਾਂ ਉਹਨਾਂ ਦੇ ਪਰ ਕਿਦਾਂ ਦਾ ਐਕਸ਼ਨ ਲੈਂਦੀ ਆ ਉਹ ਕਾਨੂੰਨ ਦੇ ਮਤਲਬ ਹੁੰਣੀ ਚਾਹੀਦੀ ਆ ਪਰ ਸਵਾਲ ਇਹ ਪੈਦਾ ਹੁੰਦਾ ਫਿਰ ਮੈਂ ਗੱਲ ਕਹਿ ਰਿਹਾ ਕਿ ਕੈਪਟਨ ਮਰਿੰਦਰ ਸਿੰਘ ਦੇ ਰਾਜ ਵਿੱਚ ਬਾਰ ਬਾਰ ਕੈਪਟਨ ਮਰਿੰਦਰ ਸਿੰਘ ਕਹਿੰਦੇ ਨੇ ਕਿ ਹੋਰ ਬਹੁਤ ਸਾਰੇ ਜਿਹੜੇ ਮੰਤਰੀ ਤੇ ਵਿਧਾਇਕ ਨੇ ਉਹ ਮਾਫੀਆ ਰਾਜ ਨਾਲ ਜੁੜੇ ਰਹੇ ਨੇ ਮਾਫੀਆ ਨੂੰ ਸ਼ਹਿ ਦਿੰਦੇ ਹੋਏ ਨੇ ਫਿਰ ਮੈਨੂੰ ਲੱਗਦਾ ਕਿ ਈਡੀ ਨੂੰ ਕੈਪਟਨ ਮਰਿੰਦਰ ਸਿੰਘ ਤੋਂ ਉਹ ਲਿਸਟ ਲੈ ਲੈਣੀ ਚਾਹੀਦੀ ਆ ਜਾਂ ਕੈਪਟਨ ਮਰਿੰਦਰ ਸਿੰਘ ਨੂੰ ਈਡੀ ਨੂੰ ਉਹ ਲਿਸਟ ਦੇਣੀ ਚਾਹੀਦੀ ਆ ਕਿ ਇਹ ਬੰਦੇ ਵੀ ਮੈਨਿੰਗ ਦੇ ਵਿੱਚ ਜੁੜੇ ਰਹੇ ਨੇ ਅੱਜ ਵੀ ਕੈਪਟਨ ਮਰਿੰਦਰ ਸਿੰਘ ਨੇ ਤੇ ਕੇਂਦਰੀ ਜਿਹੜੇ ਮੰਤਰੀ ਨੇ ਹਰਦੀਪ ਪੂਰੀ ਨੇ ਭਾਜਪਾ ਦੇ ਪ੍ਰਧਾਨ ਅਸ਼ਵੀਨੀ ਸ਼ਰਮਾ ਸੁਖਦੇਵ ਸਿੰਘ ਢੇਡਸਾ ਉਹਨਾਂ ਨੇ ਪਾਰਟੀ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਆ ਉਦੋਂ ਵੀ ਉਹਨਾਂ ਨੂੰ ਇਹੀ ਸਵਾਲ ਕੀਤਾ ਕਿ ਤੁਸੀਂ ਦੱਸੋ ਕਿਹੜੇ ਕਿਹੜੇ ਆ ਮਾਫੀਆ ਰਾਜ ਦੀ ਗੱਲ ਕੀਤੀ ਚਾਰੇ ਜਿਹੜੇ ਲੀਡਰ ਸੀਗੇ ਉਹਨੇ ਮਾਫੀਆ ਰਾਜ ਦੀ ਗੱਲ ਕੀਤੀ ਵੀਰੇ ਜਿਹੜਾ ਮੈਨਿੰਗ ਮਾਫੀਆ ਚੱਲਦਾ ਹੈ ਗੈਂਗਸਟਰ ਨੇ ਤੇ ਸੈਂਡ ਮਾਫੀਆ ਦੀ ਗੱਲ ਕੀਤੀ ਆ ਉਹਨਾਂ ਨੇ ਨਸ਼ੇ ਮਾਫੀਆ ਦੀ ਗੱਲ ਕੀਤੀ ਆ ਕਈ ਤਰ੍ਹਾਂ ਦੇ ਮਾਫੀਆ ਦੀ ਗੱਲ ਕੀਤੀ ਜੇਕਰ ਮਾਫੀਆ ਦੀ ਗੱਲ ਆਉਂਦੀ ਆ ਤਾਂ ਫਿਰ ਅਸੀਂ ਮਾਫੀਆ ਖਤਮ ਕਰਨ ਵਾਸਤੇ ਜਿਹੜੀਆਂ ਇਹ ਏਜੰਸੀਆਂ ਕੰਮ ਕਰੀਆਂ ਉਹਨਾਂ ਨੂੰ ਸਹਾਇਕ ਕਿਉਂ ਨਹੀਂ ਦਿੰਦੇ ਇਸ ਕਰਕੇ ਜਿਹੜਾ ਚਾਰੰਜੀ ਸਿੰਘ ਚੰਨੀ ਤੇ ਅੱਜ ਇਹ ਰੇਡ ਕੀਤੀ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਮਾਜ ਨਾਲ ਜੁੜੇ ਹੋਏ ਲੋਕ ਨੇ ਜਾਂ ਖਾਸ ਕਰਕੇ ਕਾਂਗਰਸ ਪਾਰਟੀ ਦਾ ਇਹ ਇਲਜ਼ਾਮ ਆ ਕਿ ਜਿਹੜਾ ਇਹ ਸਮਾ ਉਹ ਬਹੁਤਾ ਠੀਕ ਨਹੀਂ ਜਦੋਂ ਕਿ ਚੋਣਾਂ ਸਿਖਰ 'ਤੇ ਚੱਲੀਆਂ ਹੋਈਆਂ ਨੇ 20 ਤਰੀਕ ਨੂੰ ਪੰਜਾਬ ਦੇ ਵਿੱਚ ਵੋਟਾਂ ਪਉਣੀਆਂ ਵੋਟਾਂ ਤੋਂ ਪਹਿਲਾਂ ਤੁਸੀਂ ਚਾਰੰਜੀ ਸਿੰਘ ਚੰਨੀ ਹੋਰਾਂ ਦੇ ਰਿਸ਼ਤੇਦਾਰ ਦੇ ਘਰ ਰੇਡ ਮਾਰਦੇ ਆ ਜਿਹੜਾ 2018 ਦਾ ਪਰਚਾ ਦਰਜ ਹੋਇਆ ਜਾਂ ਉਸ ਪਰਚੇ ਦੇ ਸਬੰਧ ਵਿੱਚ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਤਾਂ ਕਿਤਨਾ ਕਿਤੇ ਇਹ ਮੈਸੇਜ ਲੋਕਾਂ ਵਿੱਚ ਜਾ ਰਿਹਾ ਹੈ ਕਿ ਇਹ ਜਿਹੜਾ ਪੋਲਿਟੀਕਲ ਵੈਂਡੈਂਟਾ ਦੀ ਰਾਜਨੀਤੀ ਕੀਤੀ ਜਾ ਰਹੀ ਆ ਬਦਲਾਖੋਰੀ ਭਾਵਨਾਵਾਂ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਆ ਇਹ ਗੱਲਾਂ ਜਿਹੜੀਆਂ ਕਾਂਗਰਸ ਪਾਰਟੀ ਕਹਿ ਰਹੀ ਆ ਕਿ ਵੋਟਾਂ ਤੋਂ ਪਹਿਲਾਂ ਉਹਨਾਂ ਦੀ ਬਾਹਮ ਰੋੜਨ ਦੇ ਯਤਨ ਕੀਤੇ ਜਾ ਰਹੇ ਨੇ ਚਾਹੀਦਾ ਤਾਂ ਇਹ ਸੀਗਾ ਕਿ 4.5 ਸਾਲ ਪਹਿਲਾਂ ਤੱਕ ਇਹ ਜਿਹੜੀ ਈਡੀ ਸੀ ਜਾਂ ਕੋਈ ਹੋਰ ਏਜੰਸੀਆਂ ਉਹਨਾਂ ਨੇ ਰੇਤ ਦੇ ਜਿਹੜਾ ਮੁੱਦੇ ਤੇ ਜਾਂ ਰੇਤ ਮਾਈਨਿੰਗ mafia ਉਹਦੇ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ ਠੀਕ ਹੈ ਜੇ ਕਾਰਵਾਈ ਹੋ ਰਹੀ ਆ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਆ ਸਾਰੀਆਂ ਤਿੰਨਾਂ ਹੋਰ ਵੀ ਸਵਾਗਤ ਕਰਦੀਆਂ ਹੋਣਗੀਆਂ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੀਦਾ ਹੈ ਦੇਸ਼ ਭਰ ਦੇ ਜਿਹੜਾ ਭ੍ਰਿਸ਼ਟਾਚਾਰ ਉਹ ਖਤਮ ਹੋਣਾ ਚਾਹੀਦਾ ਪਰ ਜਿਹੜੇ ਹੋਰ ਲੋਕ ਨੇ ਜੁੜੇ ਹੋਏ ਕਾਰੋ ਕਾਰੋਬਾਰ ਦੇ ਉਹਨਾਂ ਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹਨਾਂ ਦੀ ਪਾਰਟੀ ਦੇ ਜਿਹੜੇ ਰਾਸਵਾਂ ਮੈਂਬਰ ਨੇ ਸ਼ਮਸ਼ੇਰ ਸਿੰਘ ਦੁੱਲੋਂ, ਪ੍ਰਤਾਪ ਸਿੰਘ ਬਾਜਵਾ, ਅ ਸਰਜੀਤ ਧਮਾਨ ਐਮਐਮ ਨੇ, ਨਵਜੋਤ ਸਿੰਘ ਸਿੱਧੂ ਹੋਰ ਕਿੰਨੇ ਲੋਕ ਬਾਰ-ਬਾਰ ਇਹ ਗੱਲ ਕਰਦੇ ਰਹੇ ਅੱਜ ਵੀ ਕੈਪਟਨ ਮਰਿੰਦਰ ਸਿੰਘ ਉਰਾਂ ਨੂੰ ਸਵਾਲ ਪੁੱਛਿਆ ਗਿਆ ਜਿਨ੍ਹਾਂ ਦਾ ਉਹਨਾਂ ਨੇ ਕੋਈ ਠੋਸ ਤੇ ਸਿੱਧਾ ਜਵਾਬ ਨਹੀਂ ਦਿੱਤਾ ਕਿ ਜਦੋਂ ਪੰਜਾਬ ਦੇ ਵਿੱਚ ਲਾਕਡਾਊਨ ਲੱਗਿਆ ਰਿਹਾ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਉਹਨਾਂ ਫੈਕਟਰੀਆਂ ਜਿਹੜੀਆਂ ਚੱਲਦੀਆਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹੜੀਆਂ ਇੱਕ ਫੈਕਟਰੀ ਸ਼ਰਾਬ ਦੀ ਲਾਉਣਾ ਇੱਕ ਖੋਖਾ ਰੱਖਣਾ ਹੋਵੇ ਜਾਂ ਕੋਈ ਛੋਟਾ ਜਿਹਾ ਕਾਰੋਬਾਰ ਕਾਰੋਬਾਰ ਸ਼ੁਰੂ ਕਰਨਾ ਹੋਵੇ ਉਹਨੂੰ ਵੀ ਸਾਲਾਂ ਬੱਧੀ ਜਿਹੜਾ ਅੰਜਾਮ ਕਈ ਕਈ ਮਹੀਨੇ ਲੱਗ ਜਾਂਦਾ ਹੈ ਕਾਰੋਬਾਰ ਸ਼ੁਰੂ ਕਰਨ ਨੂੰ ਪਰ ਜਿਹੜੀ ਉਹ ਸ਼ਰਾਬਾਂ ਦੀਆਂ ਫੈਕਟਰੀਆਂ ਲੱਗੀਆਂ ਗਈਆਂ ਫੜੀਆਂ ਗਈਆਂ ਉਹ ਕਿਹਦੀ ਸ਼ੈ ਤੇ ਚੱਲ ਰਹੀਆਂ ਸਨ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਕਿਤਨਾ ਕਿਤੇ ਜਿਸ ਜੇਕਰ ਇਸ ਗੱਲ ਦੀ ਜਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਹ ਮਾਮਲਾ ਬਹੁਤ ਦੂਰ ਤੱਕ ਜਾਵੇਗਾ ਹੋ ਸਕਦਾ ਇਹਦੇ ਵਿੱਚ ਕੋਈ ਕਾਂਗਰਸ ਦੇ ਜਾਂ ਕਿਸੇ ਹੋਰ ਪਾਰਟੀ ਦੇ ਜਿਹੜੇ ਆਗੂ ਆ ਉਹ ਵੀ ਬਲੇਮੇ ਵਿੱਚ ਆ ਜਾਣ ਜਾਂ ਉਹਨਾਂ ਪਰ ਵੀ ਉਂਗਲੀਆ ਜਿਹੜੀ ਉੱਠਦੀ ਆ ਅੱਜ ਕਈ ਮੁੱਦਿਆਂ ਨੂੰ ਲੈ ਕੇ ਵਾਰ-ਵਾਰ ਕੈਪਟਨ ਮਰਿੰਦਰ ਸਿੰਘਾ ਜਿਹੜੇ ਉਹਨਾਂ ਪਰ ਵੀ ਮੁੱਦੇ ਉਂਗਲੀ ਜਿਹੜੇ ਲੋਕ ਚੱਕ ਰਹੇ ਨੇ ਕਿ ਉਹਨਾਂ ਨੇ 3.5 ਸਾਲ ਦੇ ਰਾਜ ਵਿੱਚ ਕੋਈ ਅਜਿਹਾ ਕਾਰਜ ਨਹੀਂ ਕੀਤਾ ਜਿਹਦੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਉਹਨਾਂ ਪਰ ਭਰੋਸਾ ਪ੍ਰਗਟ ਕੀਤਾ ਸੀਗਾ ਤੇ ਉਹਨਾਂ ਨੂੰ ਇੱਕ ਜਿਹੜਾ 2/3 ਬੋਹਮਤਾ 78 ਸੀਟਾਂ ਦਾ ਜਿਹੜਾ ਫਤਵਾ ਦਿੱਤਾ ਤਾਂ ਕਿ ਸਰਕਾਰ ਚੱਲਦੀ ਰਹੇ ਪਰ ਕੈਪਟਨ ਮਰਿੰਦਰ ਸਿੰਘ ਲੋਕਾਂ ਦੀਆਂ ਭਾਵਨਾਵਾਂ ਦੀ ਉਹਨਾਂ ਨੇ ਕਦਰ ਨਹੀਂ ਕੀਤੀ ਲੋਕਾਂ ਦੀਆਂ ਇਛਾਵਾਂ ਤੇ ਖਰਾ ਨਹੀਂ ਉਤਰੇ ਹੁਣ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਭਾਣ ਜਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ ਗ੍ਰਿਫਤਾਰ ਹੋਣ ਤੋਂ ਬਾਅਦ ਪਿੱਛੇ ਕੁਝ ਹੋਵੇਗੀ ਮੈਨੂੰ ਲੱਗਦਾ ਹੈ ਗੱਲ ਹੋਰ ਦੂਰ ਤੱਕ ਜਾਵੇਗੀ ਤੇ ਇਹਦੇ ਨਾਲ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜਿਹੜਾ ਸਿਆਸੀ ਭਵਿਕਾ ਉਹਦੇ ਪਰ ਵੀ ਕਈ ਤਰ੍ਹਾਂ ਦੇ ਸਵਾਲ ਲੋਕ ਖੜੇ ਕਰਨਗੇ ਜਾਂ ਜਿਹੜੇ ਵਿਰੋਧੀ ਪਾਰਟੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਨੂੰ ਬੋਲਣ ਨੂੰ ਜਾ ਆਪਣਾ ਜਿਹੜਾ ਸਿਆਸੀ ਵਿਰੋਧੀ ਹੁੰਦਾ ਹੈ ਉਹਦੇ ਉੱਪਰ ਅਟੈਕ ਕਰਨ ਵਾਸਤੇ ਮਸਾਲਾ ਚਾਹੀਦਾ ਹੁਣ ਇਸੇ ਕਰਕੇ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਨੇ ਚਾਰਜ ਸਿੰਘ ਚੰਨੀ ਨੂੰ ਇਹ ਨਿਸ਼ਾਨਾ ਬਣਾਇਆ ਹੋਇਆ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਕਾਰੋਬਾਰ ਦੇ ਨਾਲ ਜੋੜਿਆ ਹੁਣ ਇਹ ਦੱਸੇ ਪੰਜਾਬ ਦਾ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਜਾਂ ਦੇਸ਼ ਭਰ ਦੀ ਰਾਜਨੀਤੀ ਨੂੰ ਕਰਨ ਵਾਲੇ ਲੋਕ ਕੋਈ ਇਹ ਹਿੱਕ ਥਾਪੜ ਕੇ ਕਹਿ ਸਕਦਾ ਹੈ ਕਿ ਉਹਨਾਂ ਨੇ ਕਿਸੇ ਆਪਣੇ ਰਿਸ਼ਤੇਦਾਰ ਨੂੰ ਆਪਣੇ ਸਕੇ ਸੰਬੰਧੀ ਨੂੰ ਕਿਸੇ ਤਰ੍ਹਾਂ ਦਾ ਜਿਹੜੀ ਰਾਜਨੀਤਿਕ ਸਰਪ੍ਰਸਤੀ ਨਹੀਂ ਦਿੱਤੀ ਜਾਂ ਕਿਹਾ ਜਾ ਜਿਹੜਾ ਉਹ ਕਾਰੋਬਾਰ ਕਰਦਾ ਉਹਦੇ ਵਿੱਚ ਸਹਿਯੋਗ ਨਹੀਂ ਦਿੱਤਾ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਹੋਏ ਨੇ ਹੁਣ ਜੇ ਤੁਸੀਂ ਗੱਲ ਕਰਦੇ ਆ ਦੇਸ਼ ਦੇ ਵਿੱਚ ਜਿਹੜੀਆਂ ਜਦੋਂ ਕਰੋਨਾ ਸੰਕਟ ਚੱਲਦਾ ਦਾ ਜਿਹੜੀਆਂ ਦਵਾਈਆਂ ਦਾ ਮੁੱਦਾ ਉੱਠਿਆ ਵੀ ਦਵਾਈਆਂ ਹੋਰੀਆਂ ਜਿਹੜੀਆਂ ਕਿੱਟਾਂ ਦੀਆਂ ਉਹਨਾਂ ਦਾ ਮੁੱਦਾ ਉੱਠਿਆ ਫਿਰ ਜਿਹੜੇ ਲੋਕਾਂ ਨੂੰ ਵੰਡਣ ਵਾਲੀਆਂ ਰਾਸ਼ਨ ਕਿੱਟਾਂ ᱛੀਆਂ ਉਹਨਾਂ ਦਾ ਮੁੱਦਾ ਉੱਠਿਆ ਠੀਕ ਆ ਸ਼ਰਾਬ ਦੀ ਮੈਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਟਰਾਂਸਪੋਰਟ ਮਾਫੀਆ ਰੇਟ ਮਾਫੀਆ ਡਰੱਗ ਮਾਫੀਆ ਉਹਨਾਂ ਵਰਗ ਸਰਕਾਰਾਂ ਨੇ ਕੀ ਕਾਰਵਾਈ ਕੀਤੀ ਆ ਇਹ ਲੋਕ ਸਵਾਲ ਖੜੇ ਕਰਨਗੇ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਚਰਨਜੀਤ ਸਿੰਘ ਚੰਨੀ ਆ ਜਿਹੜਾ ਇਸ ਮਾਮਲੇ ਦੇ ਵਿੱਚ ਦੁੱਧ ਤੋਤੇ ਹੋ ਜਾ ਸਕਦੇ ਨੇ ਜਾਂ ਉਹਨਾਂ ਦਾ ਕੋਈ ਹੱਥ ਨਹੀਂ ਆਪਾਂ ਉਹਨਾਂ ਨੂੰ ਇਸ ਮਾਮਲੇ 'ਚ ਕੋਈ ਕਲੀਨ ਚਿੱਟ ਨਹੀਂ ਦੇ ਰਹੇ ਪਰ ਸਾਨੂੰ ਇਹ ਲੱਗ ਰਿਹਾ ਹੈ ਬਤੌਰ ਪੱਤਰਕਾਰ ਕਿ ਜਿਹੜਾ ਇਹ ਸਮਾਂ ਵੋਟਾਂ ਤੋਂ ਪਹਿਲਾਂ ਇਹ ਸਮਾਂ ਜਿਹੜਾ ਇਹ ਠੀਕ ਨਹੀਂ ਇਹ درست ਨਹੀਂ ਇਹਦੇ ਨਾਲ ਆ ਜਿਹੜਾ ਕਾਂਗਰਸ ਪਾਰਟੀ ਨੂੰ ਲੋਕਾਂ ਵਿੱਚ ਇਹ ਗੱਲ ਕਹਿਣ ਦਾ ਮੌਕਾ ਮਿਲ ਰਿਹਾ ਹੈ ਕਿ ਜਿਹੜੀ ਕਾਂਗਸ ਸਕੇਂਦਰ ਸਰਕਾਰ ਆ ਉਹ ਆਪਣੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਦੀ ਜਿਹੜੀ ਵਰਤੋਂ ਆ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਹੀ ਹੈ ਇਸ ਕਰਕੇ ਜੇਕਰ ਕਾਰਵਾਈ ਕਰਨੀ ਚਾਹੀਦੀ 2000 ਇਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਇਹੀ ਮੈਸੇਜ ਆ ਰਿਹਾ ਹੈ ਕਿ ਮੁੱਖ ਮੰਤਰੀ ਹੁਰਾ ਨੇ ਕੁਝ ਕੰਮ ਅਜੇਹੇ ਕੀਤੇ ਨੇ ਜਿਦੇ ਨਾਲ ਉਹਨਾਂ ਦੀ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਵਧਿਆ ਹੈ। ਹਾਂਜੀ। ਉਹਨਾਂ ਦਾ ਕਦ ਜਿਹੜਾ ਵਧਿਆ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਬਾਹ ਮੋੜਨ ਵਾਸਤੇ ਹੀ ਅਜਿਹਾ ਜਿਹੜਾ ਕਾਰਜ ਕੀਤੇ ਗਿਆ ਪਰ ਇੱਕ ਗੱਲ ਇਹ ਗੱਲ ਜ਼ਰੂਰ ਆ ਕਿ ਜਿਹੜੀ ਇਹ ਗੱਲ ਕਹਿੰਦੇ ਹੁੰਦੇ ਜਦੋਂ ਨਿਕਲਦੀ ਆ ਇਹ ਇਹ ਹੁਣ ਬਹੁਤ ਦੂਰ ਤੱਕ ਜਾਵੇਗੀ ਚਰਨਜੀਤ ਸਿੰਘ ਚੰਨੀ ਹੂਰਾ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਕੋਲੋਂ ਜਿਹੜੀ ਰਾਸ਼ੀ ਬਰਾਮਦ ਹੋਈ ਆ ਜਾਂ ਉਹਨਾਂ ਦੇ ਉੱਪਰ ਜਿਹੜੇ ਮਾਮਲੇ ਸਮਾਨ ਬਰਾਮਦ ਹੋਇਆ ਹੈ ਉਹ ਹੌਲੀ ਹੌਲੀ ਕਿਤਨਾ ਕਿਤੇ ਉਹਨਾਂ ਦਾ ਸੇਕ ਆ ਜਿਹੜਾ ਜਾਂ ਉਹਨਾਂ ਦੇ ਜਿਹੜੇ ਸੱਟਿਆਂ ਦਾ ਜਿਹੜਾ ਉਹ ਆ ਉਹ ਚਾਰਜ ਸਿੰਘ ਚੰਨੀ ਤੱਕ ਜਰੂਰ ਪਹੁੰਚਣਗੇ ਜੇਕਰ ਉਹ ਜਿਹੜੀ ਪਾਰਟੀ ਨੇ ਉਹਨਾਂ ਦਾ ਸਹਿਯੋਗ ਨਾ ਦਿੱਤਾ ਤਾਂ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਜਿਹੜੀ ਈਡੀ ਆ ਇਹ ਤੇ ਉਹ ਸਿੱਧੇ ਜਾਂ ਸਿੱਧੇ ਤੌਰ ਦੇ ਵਿੱਚ ਚਾਰਜ ਸਿੰਘ ਚੰਨੀ ਨੂੰ ਵੀ ਇਸ ਮਾਲੇ ਦੇ ਵਿੱਚ ਲਪੇਟਣ ਦਾ ਯਤਨ ਕਰੇਗੀ ਸਰ ਜੇਕਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਜਦੋਂ ਤੋਂ ਖਾਸ ਕਰਕੇ ਵੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਵੱਲ ਆਪਣੇ ਸੀਐਮ ਫੇਸ ਦਾ ਐਲਾਨ ਕਰ ਦਿੱਤਾ ਗਿਆ ਉਹਦੋਂ ਤੋਂ ਕਾਂਗਰਸ ਪਾਰਟੀ ਉੱਤੇ ਵੀ ਇਸ ਚੀਜ਼ ਦਾ ਦਬਾਅ ਵੱਧ ਚੁੱਕਿਆ ਹੈ ਕਿ ਉਹ ਆਪਣਾ ਜੋ ਸੀਐਮ ਫੇਸ ਹੈ ਉਸ ਦਾ ਐਲਾਨ ਕਰਨ ਹੁਣ ਕਿਹਾ ਜਾ ਰਿਹਾ ਹੈ ਕਿ 6 ਫਰਵਰੀ ਨੂੰ ਰਾਹੁਲ ਗਾਂਧੀ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਕਾਂਗਰਸ ਪਾਰਟੀ ਵੱਲੋਂ ਤਾਂ ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਕੇਂਦਰ ਨੇ ਹਮੇਸ਼ਾ ਇਹ ਚਾਇਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜੋ ਹੈ ਇੱਕ ਕਮਜ਼ੋਰ ਮੁੱਖ ਮੰਤਰੀ ਹੋਵੇ ਤਾਂ ਕਿ ਉਸ ਦੀ ਵਰਤੋਂ ਕੀਤੀ ਜਾ ਸਕੇ ਤਾਂ ਇਸ ਬਿਆਨ ਦੇ ਸੰਦਰਭ ਵਿੱਚ ਤੁਸੀਂ ਕੀ ਕਹੋਗੇ ਜਸਵੀਰ ਗੱਲ ਮੁੱਖ ਮੰਤਰੀ ਦੀ ਨਹੀਂ ਜਿਹੜੀ ਪਾਰਟੀ ਦਾ ਕੋਈ ਵੀ ਮੁਖੀ ਹੁੰਦਾ ਹੈ ਜਾਂ ਸਰਕਾਰ ਦਾ ਹੈੱਡ ਹੁੰਦਾ ਹੈ ਪਾਰਟੀ ਦਾ ਹੈੱਡ ਹੁੰਦਾ ਹੈ ਉਹ ਹਮੇਸ਼ਾ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸੌਂਪਦਾ ਹੈ ਜਾਂ ਸਰਕਾਰਾਂ ਦੀ ਚਾਬੀ ਸੌਂਪਦਾ ਹੈ ਜਾਂ ਪਾਰਟੀਆਂ ਦੀ ਪ੍ਰਧਾਨਗੀ ਦਿੰਦਾ ਹੈ ਜਿਹੜੇ ਘੱਟੋ-ਘੱਟ ਪਾਰਟੀ ਦੀਆਂ ਨੀਤੀਆਂ ਦੇ ਮੁਤਾਬਕ ਚੱਲੇ ਜਾਂ ਉਹਨਾਂ ਦੇ ਕਹੇ ਦੇ ਮੁਤਾਬਕ ਥੋੜਾ ਚੱਲਦਾ ਰਹੇ ਮੈਨੂੰ ਇਹ ਦੱਸੋ ਵੀ ਕਿਹੜੀ ਪਾਰਟੀ ਆ ਜਿਹੜੀ ਦੇਸ਼ ਭਰ ਦੀ ਉਹ ਅਜਿਹੀ ਆ ਕਿ ਉਹਨਾਂ ਨੇ ਆਪਣੀ ਸਵੈ ਲੀਡਰਸ਼ਿਪ ਨੂੰ ਖੁੱਲ੍ਹੇ ਦਿਲ ਨਾਲ ਫੈਸਲੇ ਕਰਨ ਦੇ ਅਧਿਕਾਰ ਦਿੱਤੇ ਹੋਵੇ ਕੋਈ ਵੀ ਪਾਰਟੀ ਚਾਹੇ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਹੋਵੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਆਲੂ ਹਾਲਾਂਕਿ ਅਕਾਲੀ ਦਲ ਖੇਤਰੀ ਪਾਰਟੀ ਆ ਕਿਤੇ ਕਿਤੇ ਇਹ ਵੀ ਕਹਿੰਦੇ ਕਿ ਅਸੀਂ ਕੌਮੀ ਪਾਰਟੀ ਆ ਹੋਰ ਸਟੇਟਾਂ ਦੇ ਜਿਹੜੇ ਪ੍ਰਧਾਨ ਨੇ ਖੱਬੇ ਪੱਖਿਆਂ ਧਿਰਾਂ ਹੋਣ ਕਿਹੜੀ ਪਾਰਟੀ ਅਜਿਹੀ ਆ ਉਹ ਆਪਣੀ ਸਵੈ ਲੀਡਰਸ਼ਿਪ ਨੂੰ ਜਾਂ ਸਵੈ ਆਗੂਆਂ ਨੂੰ ਉਹਨਾਂ ਦੀ ਮਰਜ਼ੀ ਮਤਕ ਫੈਸਲੇ ਕਰਨ ਦੇ ਅਧਿਕਾਰ ਦਿੰਦੀ ਆ ਹਰੇਕ ਜੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹਨੇ ਚਾਬੀਆਂ ਆਪਣੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਹੁੰਦੀਆਂ ਹੁਣ ਨਵਜੋਤ ਸਿੱਧੂ ਦੇ ਵਿੱਚ ਇਹ ਦੇਖੋ ਉਹ ਕਹਿੰਦੇ ਹੁੰਦੇ ਆ ਵੀ ਕਿ ਇੱਕ ਔਗਣਾ ਜਿਹੜੇ ਉਹ ਸਾਰੇ ਤੁਹਾਡੇ ਜਿਹੜੇ 99 ਗੁਣਾ ਉਹਨਾਂ ਤੇ ਭਾਰੂ ਪੈ ਜਾਂਦੇ ਨੇ ਨਵਜੋਤ ਸਿੱਧੂ ਇਮਾਨਦਾਰ ਆ ਸੱਚ ਬੋਲਦੇ ਨੇ ਗੱਲ ਤਿੰਨ ਪਛਾਮਾਤ ਉਹਨਾਂ ਦੀ ਪਕੜ ਆ ਗੱਲ ਕਹਿਣੀ ਆਉਂਦੀ ਆ ਗੱਲ ਕਰਨੀ ਆਉਂਦੀ ਆ ਪਰ ਇੱਕ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਔਗਣਾ ਇੱਕ ਤਾਂ ਉਹ ਕਿਸੇ ਦੀ ਗੱਲ ਸੁਣਦੇ ਨਹੀਂ ਹੈਗੇ ਉਹਨਾਂ ਦੇ ਵਿੱਚ ਇੱਕ ਲੀਡਰਸ਼ਿਪ ਦੀ ਕੁਆਲਿਟੀ ਨਹੀਂ ਹੈਗੀ ਕਿ ਜਿਹੜਾ ਲੀਡਰ ਹੁੰਦਾ ਉਹਨੇ ਆਪਣੀ ਟੀਮ ਨੂੰ ਨਾਲ ਕਿਵੇਂ ਲੈ ਕੇ ਚੱਲਣਾ ਉਹ ਇੱਕ ਜਿਹੜਾ ਪਾਰਟੀ ਦਾ ਹੈੱਡ ਹੁੰਦਾ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਥੱਲੇ ਜਿਹੜੀ ਟੀਮ ਆ ਉਹਨੂੰ ਨਾਲ ਲੈ ਕੇ ਚੱਲੇ ਉਹ ਪਾਰਟੀ ਪ੍ਰਧਾਨ ਹੋਣ ਦੇ ਬਾਵਜੂਦ ਉਹ ਅੱਜ ਅਲੱਗ-ਥਲੱਗ ਹੋ ਕੇ ਰਹਿ ਗਏ ਪਾਰਟੀ ਦੇ ਜਿਹੜੇ ਚਾਰ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਨਹੀਂ ਚੱਲ ਰਹੇ ਕਾਂਗਰਸ ਪਾਰਟੀ ਨੇ ਚਾਰ ਕਾਰਜਕਾਰੀ ਪ੍ਰਧਾਨ ਲਾਏ ਹੋਏ ਨੇ ਉਹ ਵੀ ਕਿਤਨਾ ਕਿਤੇ ਉਹਨਾਂ ਦੇ ਨਾਲ ਚੱਲ ਨਹੀਂ ਰਹੇ ਇਹ ਹਰ ਗੱਲ ਦੇ ਵਿੱਚ ਆਪਣੀ ਗੱਲ ਆ ਜਿਹੜੀ ਕਹਿ ਰਹੇ ਨੇ ਦੂਜੇ ਦੀ ਗੱਲ ਸੁਣਦੇ ਨਹੀਂ ਇਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਇਹ ਲੱਗ ਰਿਹਾ ਹੈ ਕਿ ਇਹ ਕਿਸ ਉਹਨਾਂ ਦੀ ਗੱਲ ਸੁਣਦੇ ਨਹੀਂ ਪੰਜਾਬ ਕਾਂਗਰਸ ਦਾ ਜਦੋਂ ਪ੍ਰਧਾਨ ਇਹ ਬਣੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਤਾਂ ਪੰਜਾਬ ਦੇ ਵਿੱਚ ਡੀਜੀਪੀ ਲਾਉਣ ਨੂੰ ਲੈ ਕੇ ਤੇ ਪੰਜਾਬ ਦਾ ਐਡਵੋਕੇਟ ਜਨਨ ਨੂੰ ਲਾਉਣ ਨੂੰ ਲੈ ਕੇ ਇਹਨਾਂ ਨੇ ਜਿਹੜੀ ਓਪਨਲੀ ਪਾਰਟੀ ਦੇ ਵਿੱਚ ਬਗਾਵਤ ਕੀਤੀ ਤੇ ਆਪਣਾ ਅਸਤੀਫਾ ਤੱਕ ਦੇ ਦਿੱਤਾ ਠੀਕ ਆ ਉਹ ਆਰਟੀ ਹਾਈ ਕਮਾਂਡ ਨੇ ਇਹਨਾਂ ਨੂੰ ਮਨਾਇਆ ਇਹਨਾਂ ਦੇ ਕਹਿਣ ਤੇ ਜਿਹੜਾ ਐਡਵੋਕੇਟ ਜਨਲ ਆ ਭਾਵੇਂ ਕਿ ਹੋਰ ਲਾ ਦਿੱਤਾ ਸੀਗਾ ਪਰ ਉਹਨਾਂ ਨੂੰ ਬਦਲ ਕੇ ਜੋ ਨਵਜੋ ਸਿੰਘੂ ਦੀ ਪਸੰਦ ਸੀਗੀ ਉਹਨਾਂ ਨੂੰ ਐਡਵੋਕੇਟ ਜਨਲ ਲਾਇਆ ਗਿਆ ਐਸੀ ਤਰ੍ਹਾਂ ਐਸਐਚਓ ਉਪਾਧਿਆ ਨੂੰ ਜਿਹੜਾ ਡੀਜੀਪੀ ਲਾਇਆ ਗਿਆ ਇਹ ਗੱਲ ਬਾਅਦ ਦੀ ਹੈ ਕਿ ਜਿਹੜਾ ਕੇਂਦਰੀ ਪੈਨਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਭੇਜਿਆ ਸੀਗਾ ਉਹਦੇ ਵਿੱਚ ਕਿਹੜੀਆਂ ਤਕਨੀਕੀ ਖਾਮੀਆਂ ਹੋਣ ਦੇ ਕਰਕੇ ਉਹ ਕੇਂਦਰੀ ਲੀਡਰਸ਼ਿਪ ਜਿਹੜਾ ਪੈਨਲ ਸੀਗਾ ਉਹਦੇ ਵਿੱਚ ਐਸ ਚਟੂ ਪਾਦੇ ਦਾ ਜਿਹੜਾ ਨਾਮ ਆ ਉਹ ਬਾਹਰ ਆ ਗਿਆ ਇਹ ਆਪਣਾ ਅਸਤੀਫਾ ਦੇ ਦਿੱਤਾ ਇਹਨਾਂ ਨੇ ਤੇ ਹਾਈ ਕਮਾਂਡ ਨੂੰ ਅੱਖਾਂ ਦਿਖਾਈਆਂ ਕੋਈ ਵੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਉਹ ਇਹ ਨਹੀਂ ਚਾਹੁੰਦੀ ਹੈਗੀ ਜਾਂ ਉਹ ਇਦਾਂ ਦੀ ਇੱਛਾ ਨਹੀਂ ਰੱਖਦੀ ਆਪਣੀ ਸਟੇਟ ਲੀਡਰਸ਼ਿਪ ਤੋਂ ਕਿ ਉਹਨਾਂ ਦਾ ਜਿਹੜਾ ਸਟੇਟ ਬਾਡੀ ਦਾ ਪ੍ਰਧਾਨ ਆ ਜਾਂ ਜ਼ਿਲ੍ਹੇ ਦਾ ਪ੍ਰਧਾਨ ਆ ਉਹ ਕੇ ਉਹ ਉਹਨਾਂ ਦੇ ਉੱਪਰ ਅੱਖਾਂ ਦਿਖਾਵੇ ਉਹਨਾਂ ਦੀ ਗੱਲ ਨਾ ਮੰਨੇ ਉਹਨਾਂ ਨੂੰ ਓਵਰਰਾਈਟ ਕਰੇ ਹੁਣ ਨਵਜੋਤ ਸਿੱਧੂ ਨੇ ਆਪਣੇ ਜ਼ਿਲ੍ਹੇ ਦੇ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਬਣਾਏ ਹੋਏ ਨੇ ਕਿਸੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਜਾਂ ਜਨ ਸਕੱਤਰ ਜਾਂ ਖਜ਼ਾਨਚੀ ਜਾਂ ਸਟੇਟ ਦਾ ਜਨ ਸਕੱਤਰ ਜੇ ਨਵਜੋਤ ਸਿੱਧੂ ਨੂੰ ਅੱਖਾਂ ਦਿਖਾਵੇ ਨਵਜੋਤ ਸਿੱਧੂ ਦੇ ਮੂਹਰੇ ਬੋਲੇ ਨਵਜੋਤ ਸਿੱਧੂ ਦੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਲੈ ਕੇ ਸ਼ਰਿਆਂ ਉਹਨਾਂ ਦੇ ਬਾਹਰ ਆਲੋਚਨਾ ਕਰੇ ਕਾ ਨਵਜੋਤ ਸਿੱਧੂ ਉਹਨਾਂ ਨੂੰ ਪਸੰਦ ਕਰਨਗੇ ਬਿਲਕੁਲ ਵੀ ਨਹੀਂ ਕਰਨਗੇ ਐਦਾਂ ਹੀ ਕੋਈ ਵੀ ਪਾਰਟੀ ਨਹੀਂ ਇਹ ਕਰਦੀ ਇਹ ਗੱਲ ਵੱਖਰੀ ਹੈ ਜਿਹੜੀ ਉਹਨਾਂ ਨੇ ਗੱਲ ਕਰਕੇ ਪਾਰਟੀ ਹੈ ਜਿਹੜੀ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਆ ਜਾਂ ਕਮਜ਼ੋਰ ਪ੍ਰਧਾਨ ਚਾਹੁੰਦੀ ਆ ਇਹ ਪਾਰਟੀਆਂ ਨੇ ਇੱਕ ਡਿਸਪਲਨ ਹੁੰਦਾ ਹੈ ਇੱਕ ਅਨੁਸ਼ਾਸਨ ਹੁੰਦਾ ਹੈ ਕਈ ਗੱਲਾਂ ਜਿਹੜੀਆਂ ਪਾਰਟੀ ਦੇ ਅੰਦਰ ਰਹਿ ਕੇ ਕਰਨੀਆਂ ਹੁੰਦੀਆਂ ਕਈ ਜਨਤਕ ਤੌਰ ਤੇ ਕਰਨੀਆਂ ਹੁੰਦੀਆਂ ਨਵਜੋ ਸਿੱਤੂ ਬਹੁਤ ਸਾਰੀਆਂ ਗੱਲਾਂ ਨੂੰ ਜਨਤਕ ਕਰਦੇ ਰਹਿੰਦੇ ਨੇ ਜਿਹੜੀਆਂ ਗੱਲਾਂ ਪਾਰਟੀ ਦੇ ਪਲੇਟਫਾਰਮ ਪਰ ਕਰਨੀਆਂ ਹੋਣ ਜਾਂ ਸਰਕਾਰ ਦੇ ਉਹ ਅੰਦਰ ਬੈਠ ਕੇ ਕਰਨੀਆਂ ਹੋਣ ਉਹ ਗੱਲਾਂ ਕਰਨ ਦੀ ਵੀ ਜਾਏ ਉਹ ਜਨਤਕ ਕਰਦੇ ਨੇ ਇਸ ਕਰਕੇ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਜਿਹੜਾ ਨਵਜੋਸ ਸਿੱਧੂ ਆ ਉਹ ਕੰਮ ਨਹੀਂ ਕਰਨਾ ਚਾਹੁੰਦਾ ਉਹ ਬੁਰਬੋਲਾ ਉਹ ਹਰ ਗੱਲ ਦੇ ਵਿੱਚ ਅੜਕਾਉਂਦਾ ਬੰਦੇ ਨੂੰ ਆਪਣੀ ਜਿਹੜੀ ਸ਼ੈਲੀ ਆ ਆਪਣੀ ਪ੍ਰਤੀ ਵਿਧ ਪ੍ਰਤਿਤਵਾ ਉਹਦਾ ਖੁਦ ਪ੍ਰਦਰਸ਼ਨ ਕਰਨਾ ਹੁੰਦਾ ਹੈ ਕਿ ਉਹਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕ ਆ ਜਿਹੜੇ ਉਹਦੇ ਉੱਪਰ ਕਿੱਦਾਂ ਦੀ ਆਲੋਚਨਾ ਕਰਦੇ ਆ ਕਿੱਦਾਂ ਦੀ ਸ਼ਲਾਘਾ ਕਰਦੇ ਆ ਇਹ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਪਰ ਜੇ ਤੁਸੀਂ ਇਹ ਗੱਲ ਕਹਿ ਜਾਉਗੇ ਕਿ ਮੈਂ ਪੰਜਾਬ ਮਾਡਲ ਪੇਸ਼ ਕਰੂੰਗਾ ਮੈਂ ਇਹ ਕਰੂੰਗਾ ਜਾਂ ਜਿਹੜੀ ਗੱਲ ਮੈਂ ਕਹੇ ਤੀ ਉਹ ਗੱਲ ਉਹ ਪੱਥਰ ਤੇ ਲਕੀਰ ਆ ਕਦੇ ਵੀ ਕਿਸੇ ਵੀ ਜੜੀਆਂ ਪਾਰਟੀ ਹੋਵੇ ਕੋਈ ਢਾਂਚਾ ਹੋਵੇ ਕਿ ਕੋਈ ਨਸੰਸਥਾ ਹੋਵੇ ਉਹਦੇ ਵਿੱਚ ਕਦੇ ਵੀ ਇੱਕ ਬੰਦੇ ਦੀ ਕੋਈ ਗੱਲ ਨਹੀਂ ਚਲਦੀ ਜਦੋਂ ਤੁਸੀਂ ਫੈਸਲੇ ਲੈਣੇ ਹੁੰਦੇ ਨੇ ਜਦੋਂ ਤੁਸੀਂ ਕੋਈ ਨੀਤੀ ਬਣਾਉਣੀ ਆ ਤਾਂ ਇਹ ਤੁਹਾਡੇ ਜਿਹੜੇ ਫੈਸਲੇ ਆ ਜਾਂ ਤੁਹਾਡੇ ਜਿਹੜੀਆਂ ਨੀਤੀਆਂ ਉਹ ਸਰਬਸੰਮਤੀ ਨਾਲ ਜਿਹੜੀ ਆਪਾਂ ਕਹ ਕਹ ਕਹਿੰਦੇ ਉਹਨੂੰ ਵੀ ਇਕੱਠੇ ਹੋ ਕੇ ਜੁਆਇੰਟਲੀ ਤਾ ਤੁਸੀਂ ਫੈਸਲੇ ਲੈ ਸਕਦਾ ਇੱਕ ਬੰਦੇ ਦੇ ਕਹਿਣ ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਨਾ ਹੀ ਕੋਈ ਪਾਰਟੀ ਇਸ ਨੂੰ ਪ੍ਰਵਾਨ ਕਰਦੀ ਆ ਹੁਣ ਜਿਹੜਾ ਉਹਦਾ ਫੈਸਲਾ ਜਾਂ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਆ ਕਿ ਕੇਂਦਰੀ ਲੀਡਰਸ਼ਿਪ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਆ ਕਿ ਜਿਹੜੀਆਂ ਉਹਨਾਂ ਦੀਆਂ ਇਸ਼ਾਰਿਆਂ ਤੇ ਨੱਚਦਾ ਰਹੇ ਜਾਂ ਉਹਨਾਂ ਦੇ ਕਹੇ ਤੇ ਮੁਤਾਬਕ ਕੰਮ ਕਰੇ ਵੀ ਉਹ ਚੰਗੇ ਬੰਦੇ ਨੂੰ ਨਹੀਂ ਚਾਹੁੰਦੀ ਜਾਂ ਖੁੱਲੇ ਦਲੀ ਨਾਲ ਜਿਹੜਾ ਕੰਮ ਕਰਨਾ ਚਾਹੁੰਦਾ ਉਹਨੂੰ ਸਬਕਾਰ ਨਹੀਂ ਕਰਦੀ ਇਹ ਗੱਲ ਸਹੀ ਆ ਕਿਸੇ ਹੱਦ ਤੱਕ ਨਵਜੋਤ ਸਿੱਧੂ ਸਹੀ ਹੈ ਕਿ ਪਾਰਟੀ ਆ ਜਿਹੜੀ ਜਾਂ ਕੇਂਦਰੀ ਲੀਡਰਸ਼ਿਪ ਉਹ ਬੰਦਿਆਂ ਨੂੰ ਚਾਹੁੰਦੀ ਹੈ ਕਿ ਜਿਹੜੇ ਉਹਨਾਂ ਦੀ ਇੱਛਾ ਦੇ ਮੁਤਾਬਕ ਕੰਮ ਕਰੇ ਇਹ ਗੱਲ ਨਾਲ ਤਾਂ ਆਪਾਂ ਸਹਿਮਤ ਆ ਹਾਂਜੀ ਪਰ ਇਸਾ ਮਤਲਬ ਇਹ ਵੀ ਨਹੀਂ ਕਿ ਜਿਸ ਬੰਦੇ ਨੂੰ ਜਿਸ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਹੋਵੇ ਜਿਸ ਜਗ੍ਹਾ ਤੇ ਉਠਾਇਆ ਹੋਵੇ ਉਹ ਹਰ ਤਰ੍ਹਾਂ ਦੀ ਬੋਲੀ ਹਰ ਤਰ੍ਹਾਂ ਦੀ ਭਾਸ਼ਾ ਬੋਲੀ ਜਾਵੇ ਉਹ ਕੇਂਦਰੀ ਲੀਡਰਸ਼ਿਪ ਦਾ ਨਾਂ ਸੁਣੇ ਕੇਂਦਰੀ ਲੀਡਰਸ਼ਿਪ ਦਾ ਕਹਿਣਾ ਨਾ ਮੰਨੇ ਉਹ ਅਜਿਹੀ ਪਾਰਟੀ ਦੀ ਕਿਸੇ ਵੀ ਜਿਹੜੀ origignal ਪਾਰਟੀ origignal ਪਾਰਟੀ ਹੋਵੇ ਜਾ ਕੇਂਦਰੀ ਪਾਰਟ ਲੀਡਰਸ਼ਿਪ ਹੋਵੇ ਜਾਂ ਕੋਈ ਕਮੰਤਰੀ ਪਾਰਟੀ ਹੋਵੇ ਉਹ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਉਹਨਾਂ ਦੀ ਜਿਹੜੀ ਸਵੈ ਲੀਡਰਸ਼ਿਪ ਜਾਂ ਕੋਈ ਹੋਰ ਅਹੁਦੇਦਾਰ ਉਹਨਦੇ ਮੂਰੇ ਬੋਲਣ ਉਹਨਾਂ ਦੇ ਜਿਹੜੀਆਂ ਪਾਰਟੀ ਦੇ ਰੂਲ ਨੇ ਨਿਯਮ ਨੇ ਉਹਨਾਂ ਤੋਂ ਉਲਟ ਜਾ ਕੇ ਜਾਂ ਸੰਵਿਧਾਨ ਤੋਂ ਉਲਟ ਜਾ ਕੇ ਕੋਈ ਕਾਰਜ ਕਰੇ ਇਸੇ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੈਨੂੰ ਲੱਗਦਾ ਕਿ ਤਨਾਗੇ ਤੇ ਇਹ ਇਸ਼ਾਰਾ ਹੋ ਗਿਆ ਕਿ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਪਾਰਟੀ ਨੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਮੋਰਕੇ ਚਰਨਜੀਤ ਸਿੰਘ ਚੰਨੀ ਨੂੰ ਵੀ ਲਾ ਦੇਣਾ ਜੋ ਚਰਚਾਾਂ ਵਿੱਚ ਚੱਲਦੀਆਂ ਲੋਕਾਂ ਦੇ ਵਿੱਚ ਜੋ ਪਾਰਟੀ ਦੇ ਵਿੱਚ ਇੱਕ ਚਰਚਾ ਚੱਲਦੀ ਆ ਕਈ ਲੋਕ ਜਿਵੇਂ ਸੁਨੀਲ ਜਾਖੜ ਆ ਉਹ ਬਾਰ ਬਾਰ ਗੱਲ ਕਹਿ ਰਹੇ ਨੇ ਕਿ ਚੰਨੀ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਕੁਝ ਹੋਰ ਮੰਤਰੀ ਨੇ ਕੁਝ ਹੋਰ ਪਾਰਟੀ ਦੇ ਆਗੂ ਨੇ ਉਹ ਵੀ ਗੱਲ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਦੁਬਾਰਾ ਤਾਂ ਕਿ ਉਹ ਆਪਣਾ ਕੰਮ ਕਰਨ ਦਾ ਸਮਾਂ ਦਿਖਾਵੇ ਕਿਉਂਕਿ ਉਹਨਾਂ ਨੂੰ ਹਲੇ 111 ਦਿਨ ਮਿਲੇ ਨਹੀਂ ਇਸ ਕਰਕੇ ਨਮਜੋ ਸਿੱਧੂ ਨੂੰ ਕਿਤਨਾ ਕਿਤੇ ਜਾਂ ਇਸ਼ਾਰਾ ਹੋ ਗਿਆ ਜਾਂ ਪਤਾ ਲੱਗ ਗਿਆ ਕਿ ਹੁਣ ਉਹਦਾ ਜਿਹੜਾ ਕੰਮ ਆ ਮੁੱਖ ਮੰਤਰੀ ਦਾ ਜੀ ਜੋ ਉਹਦਾ ਸੁਪਨਾ ਹੈ ਜਾਂ ਉਹ ਮੁੱਖ ਮੰਤਰੀ ਦੀ ਦੌੜ ਦੇ ਵਿੱਚੋਂ ਬਾਹਰ ਹੋ ਕੇ ਇਸ ਕਰਕੇ ਇਹ ਲੱਗ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਇਹ ਇਸ਼ਾਰਾ ਉਸ ਪਾਸੇ ਵੱਲ ਕੀਤਾ ਹੈ ਹਾਂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ ਪਾਲਕੇ ਮੋਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ